ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡੇ ਨਵੀਂ ਵੀਡੀਓ ਵਿੱਚ ਹੁਣ ਜਿੱਦਾਂ ਕਿ ਤੁਸੀਂ ਦੇਖਿਆ ਆ ਵੀਡੀਓ ਵਿੱਚ ਆਪਾਂ ਤੁਹਾਨੂੰ 6 ਇਦਾਂ ਦੇ ਆਨਲਾਈਨ ਪੈਸੇ ਕਮਾਉਣ ਦੇ ਤਰੀਕੇ ਦੱਸਾਂਗੇ ਜੋ ਐਕਚੁਅਲ ਵਿੱਚ ਵਰਕ ਕਰਦੇ ਨੇ ਕੋਈ ਇਦਾਂ ਨਹੀਂ ਹੋਊਗਾ ਜਿਵੇਂ ਆ ਸਰਵੇ ਕਰੋ ਤੇ ਤੁਹਾਨੂੰ ਪੈਸੇ ਆਉਣਗੇ ਇਹ ਇਦਾਂ ਦੇ 6 ਤਰੀਕੇ ਨੇ ਜੋ ਐਕਚੁਅਲ ਵਿੱਚ ਵਰਕ ਕਰਦੇ ਨੇ ਰੀਅਲ ਨੇ 100% ਤੁਸੀਂ ਇਹ ਤੋਂ ਕਮਾਈ ਕਰੋਗੇ ਤੇ ਇੰਨਾ ਚੁ ਕਈ ਕਈ ਜਿਹੜੇ ਤਰੀਕੇ ਨੇ ਉਹਨਾਂ ਦੇ ਤਾਂ ਮੈਂ ਸਟੈਪ ਬਾਈ ਸਟੈਪ ਆਲਰੇਡੀ ਵੀਡੀਓ ਵੀ ਬਣਾ ਚੁੱਕਿਆ ਆ ਵੀ ਕਿਵੇਂ ਕਰਨਾ ਸੋ ਮੇਬੀ ਇਹ ਵੀਡੀਓ ਤੋਂ ਬਾਅਦ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਜੋ ਕਿ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਪਦਾ ਪੈਸਾ ਕਮਾਉਣਾ ਸ਼ੁਰੂ ਕਰ ਸਕਦੇ ਹੋ ਬਾਕੀ ਥੋੜਾ ਮੈਂ ਚਾਰਟ ਟਾਈਮ ਨਹੀਂ ਲੈਂਦਾ ਤੇ ਆਪਾਂ ਵੀਡੀਓ ਨਾਲ ਸ਼ੁਰੂ ਕਰਦੇ ਆਂ ਪਹਿਲਾ ਜਿਹੜਾ ਤਰੀਕਾ ਹੈਗਾ ਉਹ ਹੈਗਾ Google Ads ਤੁਸੀਂ ਦੇਖਿਆ ਜਦੋਂ ਵੀ ਆਪਾਂ ਕੋਈ Google search ਕਰਦੇ ਆ ਪਹਿਲੀਆਂ 2-3 ਜਿਹੜੀਆਂ websiteਾਂ ਹੁੰਦੀਆਂ ਨੇ ਉਹ ਯੂਸ਼ੁਅਲੀ ਐਡਸ ਹੀ ਹੁੰਦੇ ਨੇ ਹੁਣ Google ਨੂੰ ਬੰਦਿਆਂ ਦੀ ਲੋੜ ਆ ਜੋ ਐਕਚੁਅਲ ਵਿੱਚ ਉਹ ਐਡਸ ਮੈਨੇਜ ਕਰ ਸਕਣ ਤੇ ਸਹੀ ਲੋਕਾਂ ਤੱਕ ਪਹੁੰਚਾ ਸਕਣ ਹੁਣ ਜੇ Upwork ਤੇ ਦੇਖੀਏ ਆਪਾਂ ਦੇਖ ਸਕਦੇ ਆ ਕਿ ਲੋਕ ਜਿਹੜੇ Google Ads manager ਵਾਲਾ ਕੰਮ ਕਰਦੇ ਨੇ on average ਘੰਟੇ ਦਾ 50 charge ਕਰਦੇ ਨੇ ਪਰ ਕਈ ਜਿਹੜੇ ਥੋੜੇ ਜ਼ਿਆਦਾ expert ਨੇ ਉਹ 100 ਤੱਕ ਵੀ charge ਕਰਦੇ ਨੇ ਘੰਟੇ ਦਾ ਹੁਣ ਹਾਂ ਤੁਸੀਂ ਕਹੋਗੇ ਠੀਕ ਆ ਇਹ ਗੱਲ ਤਾਂ ਅਸੀਂ ਸਮਝ ਗਏ ਪਰ Google Ads ਹੈ ਕੀ ਚੀਜ਼ ਉੱਥੇ ਐਕਚੁਅਲ ਵਿੱਚ ਕਰਨਾ ਕੀ ਆ ਜੇ ਤੁਸੀਂ ਕੋਰਸ ਹੇਰਾ ਤੇ ਜਾਓਗੇ ਤੇ ਉੱਥੇ Google Ads ਸਰਚ ਕਰੋਗੇ ਤੁਸੀਂ ਦੇਖੋਗੇ ਕਿ Google ਵੱਲੋਂ ਹੀ ਉੱਥੇ ਇੱਕ ਫ੍ਰੀ ਕੋਰਸ ਆਫਰ ਕੀਤਾ ਜਾਂਦਾ ਜੋ ਕਿ ਤੁਸੀਂ ਲਿਟਰਲੀ ਫਰੀ ਵਿੱਚ انرੋਲ ਕਰ ਸਕਦੇ ਹੋ ਤੇ ਸਿੱਖ ਸਕਦੇ ਹੋ ਤੇ ਉੱਥੋਂ ਸਿੱਖ ਕੇ ਆਪਦਾ ਕੰਮ ਸ਼ੁਰੂ ਕਰ ਸਕਦੇ ਹੋ ਸੋ ਦੇਖ ਰਹੇ ਹੋ ਨਾ ਸਾਰਾ ਕੁਝ ਫਰੀ ਆ ਤੇ ਐਕਚੁਅਲ ਵਿੱਚ ਰੀਅਲ ਆ ਦੂਜਾ ਤਰੀਕਾ ਜਿਹੜਾ ਹੈਗਾ ਪੈਸੇ ਕਮਾਉਣ ਦਾ ਉਹ ਹੈਗਾ ਫੇਸਲੈਸ YouTube ਚੈਨਲ ਹੁਣ ਹਰ ਇੱਕ ਬੰਦੇ ਨੂੰ ਹੁੰਦਾ ਨਾ ਵੀ ਮੇਰੇ YouTube ਚੈਨਲ ਹੋਵੇ ਮੈਂ ਵੀ ਕਮਾਈ ਕਰਾਂ ਮੇਰੀ ਵੀ ਇਨਕਮ ਆਵੇ ਐਡਸੈਂਸ ਤੋਂ ਪਰ ਉਹ ਐਕਚੁਅਲ ਵਿੱਚ ਆਪਦਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਹੁਣ ਕਈ ਲੋਕ ਮੇ ਵੀ ਪ੍ਰਾਈਵੇਸੀ ਕਾਰਨ ਕਰਕੇ ਹੋ ਸਕਦਾ ਜਾਂ ਹੋਰ ਰੀਜ਼ਨ ਕਰਕੇ ਮੇ ਵੀ ਉਹਨਾਂ ਨੂੰ ਇਹ ਚੀਜ਼ ਨਹੀਂ ਵਧੀਆ ਲੱਗਦੀ ਉਹ ਨਹੀਂ ਆਪਦਾ ਫੇਸ ਦਿਖਾਉਣਾ ਚਾਹੁੰਦੇ ਹੁਣ ਤੁਸੀਂ ਇਹ ਚ ਜਿੰਨੇ ਵੀ ਤੁਸੀਂ ਮੋਟੀਵੇਸ਼ਨਲ ਚੈਨਲ YouTube ਤੇ ਦੇਖਦੇ ਹੋ ਆ ਸਾਰੀਆਂ ਜਿਹੜੀਆਂ ਮੋਟੀਵੇਸ਼ਨਲ ਵੀਡੀਓਜ਼ ਨੇ ਇਹ ਕੰਟੈਂਟ ਆਲਰੇਡੀ ਸਾਰਾ ਇੰਟਰਨੈਟ 'ਤੇ ਪਿਆ ਆ ਤੇਈ ਵੀਡੀਓਸ ਤੇ ਤੁਸੀਂ ਦੇਖ ਸਕਦੇ ਹੋ ਮਿਲੀਅਨਸ ਆਫ ਵਿਊਜ਼ ਨੇ ਹੁਣ ਜੇ ਫੋਰ ਐਗਜ਼ਾਮਪਲ ਤੁਸੀਂ ਇੱਕ ਮੋਟੀਵੇਸ਼ਨਲ ਚੈਨਲ ਸ਼ੁਰੂ ਕੀਤਾ ਤੁਹਾਨੂੰ ਕੋਈ ਨਵਾਂ ਕੰਟੈਂਟ ਰਿਕਾਰਡ ਕਰਨ ਦੀ ਲੋੜ ਨਹੀਂ ਹੈਗੀ ਕੰਟੈਂਟ ਆਲਰੇਡੀ ਸਾਰਾ ਇੰਟਰਨੈਟ ਤੇ ਪਿਆ ਫੋਰ ਐਗਜ਼ਾਮਪਲ ਤੁਸੀਂ ਕੋਈ ਈ-ਲਰਨ ਮਾਸਕ ਤੇ ਵੀਡੀਓ ਬਣਾਉਣੀ ਆ ਤੁਸੀਂ ਈ-ਲਰਨ ਮਾਸਕ ਦਾ ਕੋਈ ਪੋਡਕਾਸਟ ਦੇਖੋ ਮਸ਼ਹੂਰ ਜਿਹਾ ਉਹਦੇ ਤੋਂ ਜਿਹੜੇ ਪਾਰਟ ਤੁਹਾਨੂੰ ਲੱਦਦੇ ਨੇ ਵੀ ਵਧੀਆ ਨੇ ਹਨਾ ਪਾਰਟ ਤੁਹਾਨੂੰ ਇਨਸਪਾਇਰਿੰਗ ਲੱਗਦੇ ਨੇ ਤੁਹਾਨੂੰ ਮੋਟੀਵੇਸ਼ਨਲ ਲੱਦਦੇ ਨੇ ਉਹ ਪਾਰਟ ਤੁਸੀਂ ਚੱਕ ਕੇ ਐਡਿਟ ਕਰਕੇ ਜੋੜ ਕੇ ਪਿੱਛੇ ਕੋਈ ਵਧੀਆ ਜਿਹਾ 뮤직 ਲਾ ਕੇ ਤਿੱਥੋਂ ਤੁਸੀਂ ਵੀਡੀਓ ਰੈਡੀ ਕਰ ਸਕਦੇ ਹੋ ਆਪ ਤੇ ਸੋ ਦੇਖਿਆ ਤੁਹਾਡੇ ਕੋ ਐਂਡਲੈਸ ਇੰਨਾ ਜ਼ਿਆਦਾ ਕੰਟੈਂਟ ਪਿਆ ਕੀ ਕੰਟੈਂਟ ਮਤਲਬ ਮੁਕੜਾ ਹੀ ਨਹੀਂਗਾ ਆਈਡੀਆ ਐਂਡਲੈਸਰ ਨੇ ਤੁਹਾਡੇ ਕੋ ਇੰਨੇ ਜਿਆਦੇ ਆਈਡੀਆ ਨੇ ਤੁਸੀਂ ਰੋਜ਼ ਇੱਕ ਵੀਡੀਓ ਬਣਾ ਸਕਦੇ ਹੋ ਖਤਮ ਨਹੀਂ ਹੋਣਾ ਤੁਹਾਡਾ ਕੰਟੈਂਟ ਤੇ ਨਾ ਤੁਹਾਨੂੰ ਆਪਦੇ ਫੇਸ ਦਿਖਾਉਣ ਦੀ ਲੋੜ ਆ ਇਹ ਤਾਂ ਇੱਕ ਏਦਾਂ ਦੀ ਚੀਜ਼ ਆ ਮੋਟੀਵੇਸ਼ਨਲ ਕੰਟੈਂਟ ਹਰੇਕ ਬੰਦਾ ਦੇਖਦਾ ਸੋ ਇਹ ਕੰਟੈਂਟ ਵੀ ਉਹ ਆ ਜਿਹੜਾ ਵਾਇਰਲ ਛੇਤੀ ਜਾਂਦਾ ਹੁਣ ਜ਼ਰੂਰੀ ਨਹੀਂਗਾ ਕਿ ਇਕੱਲਾ ਮੋਟੀਵੇਸ਼ਨਲ ਚੈਨਲ ਹੋਣਾ ਚਾਹੀਦਾ ਹੋਰ ਵੀ ਮੈਂ ਤੁਹਾਨੂੰ ਬਹੁਤ ਫੇਸਲੈਸ YouTube ਚੈਨਲ ਦੇ ਆਈਡੀਆ ਦੇ ਸਕਦਾ ਫੋਰ ਏਗਜ਼ਾਮਪਲ ਤੁਸੀਂ ਕਾਫੀ ਵਾਰ ਦੇਖਿਆ ਹੋਊਗਾ ਵੀ ਕਈ ਏਦਾਂ ਦੇ ਚੈਨਲ ਨੇ ਜੋ ਬੇਸਿਕਲੀ ਬਸ ਸਾਊਂਡਸ ਦੇ ਤਾਂ ਉਹਨਾਂ ਦੀ ਆ ਵੀਡੀਓ ਮਤਲਬ ਕਿੰਨੇ ਕਿੰਨੇ ਘੰਟੇ ਲੰਬੀਆਂ ਹੁੰਦੀਆਂ ਨੇ ਹੁਣ ਇਦਾਂ ਦੇ ਬਹੁਤ ਚੈਨਲ ਨੇ ਜਿੱਥੇ ਬੇਸਿਕਲੀ ਜਾਂ ਰੇਨ ਦੀ ਸਾਊਂਡ ਹੁੰਦੀ ਆ ਜਾਂ ਬਾਹਰ ਕੋਈ ਸਟਾਰਮ ਚੱਲਦਾ ਹੁੰਦਾ ਹਨਾ ਬਸ ਬੇਸਿਕਲੀ ਉਹਦੀ ਸਾਊਂਡ ਹੁੰਦੀ ਆ ਜਾਂ ਕੋਈ ਹੋਰ ਰਿਲੈਕਸਿੰਗ ਸਾਊਂਡ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਕਿੰਨੇ ਮਿਲੀਅਨਸ ਆਫ ਵਿਊਜ਼ ਕਰ ਰਹੇ ਨੇ ਆਪਦੀ ਸ਼ਕਲ ਦਿਖਾਉਣ ਤੋਂ ਬਿਨਾ ਤੇ ਜੋ ਇਹਨਾਂ ਦਾ ਕੰਟੈਂਟ ਆ ਉਹ ਆਲਰੇਡੀ ਹੈਗਾ ਇੰਟਰਨੈਟ ਤੇ ਬਸ ਉੱਥੋਂ ਚੱਕ ਕੇ ਇਹਨਾਂ ਨੇ ਐਡਿਟ ਕਰਕੇ ਪੋਸਟ ਕਰ ਰਾ ਤੁਹਾਨੂੰ ਵੀ ਇਹ ਚੀਜ਼ ਇੰਟਰਸਟਿੰਗ ਲੱਗਦੀ ਆ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਰ ਸਕਦੇ ਹੋ ਤਾਂ ਡੈਫ ਕਿਉਂਕਿ ਇੰਨੀ ਔਖੀ ਚੀਜ਼ ਵੀ ਨਹੀਂ ਹੈਗੀ ਸ਼ੁਰੂ ਕਰ ਲਈ ਤੀਜਾ ਤਰੀਕਾ ਜੋ ਹੈਗਾ ਪੈਸੇ ਕਮਾਉਣ ਦਾ ਇੱਕ ਨਵਾਂ ਤਰੀਕਾ ਕਿ ਰੀਸੈਂਟਲੀ ਐਡ ਹੋਇਆ ਤੇ ਇਥੇ ਆਪਾਂ ਐਕਚੁਅਲ ਵਿੱਚ ਇੰਸਟਾਗ੍ਰam ਯੂਜ਼ ਕਰਾਂਗੇ ਹੁਣ ਜਿਹੜਾ ਬੰਦਾ ਰੈਗੂਲਰਲੀ ਇੰਸਟਾਗ੍ਰam ਚ ਚਲਾਉਂਦਾ ਉਹਨੂੰ ਤਾਂ ਪਤਾ ਕਿ ਰੀਸੈਂਟਲੀ ਇੰਸਟਾਗ੍ਰam ਨੇ ਇੱਕ ਨਵਾਂ ਆਪਸ਼ਨ ਐਡ ਕੀਤਾ ਸਬਸਕ੍ਰਿਪਸ਼ਨ ਆਪਸ਼ਨ ਪਰ ਇਹ ਐਕਸੈਸ ਕਰਨ ਲਈ ਤੁਹਾਡੇ ਐਟ ਲੀਸਟ 10000 ਫਾਲੋਅਰ ਹੋਣੇ ਚਾਹੀਦੇ ਨੇ ਹੁਣ ਇਥੇ ਸਬਸਕ੍ਰਿਪਸ਼ਨ ਤੇ ਬੇਸਿਕਲੀ ਆਏ ਆ ਕਿ ਲੋਕ ਤੁਹਾਡੇ ਪੇਜ ਦੀ ਸਬਸਕ੍ਰਿਪਸ਼ਨ ਲੈ ਸਕਦੇ ਨੇ ਤੇ ਪ੍ਰਾਈਸ ਤੁਸੀਂ ਖੁਦ ਡਿਸਾਈਡ ਕਰੋਗੇ ਚਾਹੇ ਉਹ ਮਹੀਨੇ ਦਾ 10 ਡਾਲਰ ਹੋਵੇ ਮਹੀਨੇ ਦਾ 5 ਡਾਲਰ ਹੋਵੇ ਮਹੀਨੇ ਦਾ 50 ਡਾਲਰ ਹੋ ਤੇ ਉਹ ਤੁਹਾਡੇ ਸਬਸਕ੍ਰਿਪਸ਼ਨ ਲੈਣਗੇ ਤੇ ਹਰੇਕ ਮਹੀਨੇ ਤੁਹਾਨੂੰ ਉਹ ਤੋਂ ਪੈਸਾ ਆਊਗਾ ਹੁਣ ਇੱਥੇ ਸਵਾਲ ਇਹ ਆ ਵੀ ਲੋਕ ਆਪਣਾ ਸਬਸਕ੍ਰਿਪਸ਼ਨ ਕਿਉਂ ਲੈਣ ਕੋਈ ਵਜ੍ਹਾ ਹੋਣੀ ਚਾਹੀਦੀ ਆ ਤੁਹਾਡੇ ਕੋਲ ਕੋਈ ਏਦਾਂ ਦਾ ਕੰਟੈਂਟ ਹੋਣਾ ਚਾਹੀਦਾ ਜੋ ਵੈਲਿਊ ਪ੍ਰੋਵਾਈਡ ਕਰਦਾ ਜਿਹੜਾ ਦੇਖ ਕੇ ਉਹਨਾਂ ਨੂੰ ਵੀ ਫਾਇਦਾ ਹੋਵੇ ਜਦੋਂ ਕੋਈ ਏਦਾਂ ਦਾ ਕੰਟੈਂਟ ਉਹਨਾਂ ਨੂੰ ਮਿਲੂਗਾ ਫਿਰ ਉਹ ਰੈਡੀ ਹੋਣਗੇ ਆਪਦੇ ਪੈਸੇ ਥੋੜੇ ਤੇ ਲਾਉਣ ਲਈ ਫੋਰ ਐਗਜ਼ਾਮਪਲ ਅੱਡਾ ਲਾ ਲਓ ট্রেਡਿੰਗ ਵਾਲਾ ਪੇਜ ਆ ਹਨਾ ਤੁਸੀਂ ট্রেਡਿੰਗ ਕਰਦੇ ਹੋ ਤੁਸੀਂ ট্রেਡਿੰਗ ਦੇ ਪੇਜ ਬਣਾਇਆ ਹੋਇਆ 10000 ਫਾਲੋਅਰ ਤੁਸੀਂ ਟੱਪ ਗਏ ਇੰਸਟਾਗ੍ਰam ਸਬਸਕ੍ਰਿਪਸ਼ਨ ਤੁਹਾਡੇ ਕੋਲ ਆਪਸ਼ਨ ਆ ਗਿਆ ਹਨਾ ਸਬਸਕ੍ਰਿਪਸ਼ਨ ਵਾਲਾ ਹੁਣ ਤੁਸੀਂ ਇਦਾਂ ਕਰ ਸਕਦੇ ਹੋ ਜੇ ਤੁਹਾਨੂੰ ট্রেਡਿੰਗ ਖੁਦ ਨੂੰ ਵਧੀਆ ਆਉਂਦੀ ਹੈ ਤੇ ਤੁਸੀਂ ਦੂਜਿਆਂ ਨੂੰ ਵੀ ਸਿਖਾ ਸਕਦੇ ਹੋ ਬੇਸਿਕਲੀ ਜਿਹੜਾ ਸਬਸਕ੍ਰਿਪਸ਼ਨ ਵਾਲਾ ਏਰੀਆ ਹੋਊਗਾ ਜਿਹੜੀ ਵੀਡੀਓਜ਼ ਇਕੱਲੇ ਤੁਹਾਡੇ ਸਬਸਕ੍ਰਾਈਬਰਸ ਨੂੰ ਦਿਖੂਗੀ ਉੱਥੇ ਤੁਸੀਂ ਐਕਚੁਅਲ ਵਿੱਚ ট্রেਡਿੰਗ ਸਿਖਾਉਣਾ ਸ਼ੁਰੂ ਕਰ ਸਕਦੇ ਹੋ ট্রেਡਿੰਗ ਦੇ ਵੀਡੀਓ ਪਾ ਸਕਦੇ ਹੋ ਤਹਾਂ ਦੇ ਫਾਲੋਅਰਾਂ ਨੂੰ ਕਹਿ ਸਕਦੇ ਹੋ ਕਿ ਜਿਨੇ ਜਿਨੇ ਟਰੇਡਿੰਗ ਸਿੱਖੜੀਆਂ ਉਹ ਤੁਹਾਡੇ ਸਬਸਕ੍ਰਿਪਸ਼ਨ ਵਾਲਾ ਉਹ ਬਾਹਰ ਕਰ ਲੈਣ ਇੱਕ ਆਈਡੀਆ ਸੀਗਾ ਤੁਸੀਂ ਸਮਝੇ ਜ਼ਰੂਰੀ ਨਹੀਂਗਾ ਕੱਲਾ ਆ ਵੀ ਇਹ ਤਾਂ ਹੁਣ ਮੈਂ ਟਰੇਡਿੰਗ ਵਾਲਾ ਆਈਡੀਆ ਦਿੱਤਾ ਕੋਈ ਹੋਰ ਚੀਜ਼ ਵੀ ਹੋ ਸਕਦੀ ਆ ਫੋਰ ਏਗਜ਼ਾਮਪਲ ਤੁਹਾਡਾ ਕੋਈ ਮੇ ਵੀ ਤੁਸੀਂ ਜਿੰਮ ਦੇ ਸ਼ਿਕੀਨ ਹੋ ਤੁਹਾਨੂੰ ਨੌਲੇਜ ਵੀ ਬਹੁਤ ਜ਼ਿਆਦਾ ਆ ਨਾ ਤੁਹਾਨੂੰ ਡਾਈਟਿੰਗ ਬਾਰੇ ਵੀ ਸਭ ਕੁਝ ਪਤਾ ਤੁਹਾਨੂੰ ਐਕਸਰਸਾਈਜ਼ਿੰਗ ਬਾਰੇ ਵੀ ਸਭ ਕੁਝ ਪਤਾ ਹੁਣ ਤੁਸੀਂ ਬਹੁਤ ਦੇਖਿਆ ਹੋਊਗਾ ਲੋਕ ਜਿਹੜੇ ਇੰਸਟਾਗ੍ਰam ਤੇ ਹਨਾ ਐਕਟਿਵ ਨੇ ਮਸ਼ਹੂਰ ਨੇ ਫਿਟਨੈਸ ਨਾਲ ਵੀ ਕਾਫੀ ਜ਼ਿਆਦੇ ਉਹਨਾਂ ਦਾ ਕੰਟੈਂਟ ਰਲ ਮਿਲਦਾ ਤੇ ਉਹ ਆਪਦਾ ਕੋਈ ਡਾਈਟ ਪਲਾਨ ਜਾਂ ਕੋਈ ਹਨਾ ਐਕਸਰਸਾਈਜ਼ ਵਾਲਾ ਕੋਈ ਪਲਾਨ ਵੇਚਦੇ ਨੇ ਤੋਂ ਸਬਸਕ੍ਰਿਪਸ਼ਨਸ ਤੁਸੀਂ ਇੱਦਾਂ ਵੀ ਯੂਜ਼ ਕਰ ਸਕਦੇ ਜੇ ਫੋਰ ਐਗਜ਼ਾਮਪਲ ਤੁਹਾਨੂੰ ਡਾਈਟਿੰਗ ਬਾਰੇ ਪਤਾ ਤੁਸੀਂ ਸਬਸਕ੍ਰਿਪਸ਼ਨ ਓਨਲੀ ਜਿਹੜੀਆਂ ਵੀਡੀਓ ਕਰ ਲੈ ਸਬਸਕ੍ਰਾਈਬਰ ਆ ਲੈਣੇ ਤੁਸੀਂ ਉੱਥੇ ਕੋਈ ਏਦਾਂ ਦੀ ਵੀਡੀਓਜ਼ ਪਾ ਸਕਦੇ ਹੋ ਜੋ ਮੇ ਵੀ ਲੋਕ ਫ੍ਰੀ ਚ ਨਹੀਂ ਦੱਸਣਗੇ ਪਰ ਤੁਸੀਂ ਉੱਥੇ ਪਾ ਸਕਦੇ ਹੋ ਤੁਹਾਨੂੰ ਕੁਝ ਏਦਾਂ ਦਾ ਕੰਟੈਂਟ ਲੋਕਾਂ ਨੂੰ ਦੇਣਾ ਪੈਣਾ ਜੋ ਵੈਲਿਊਅਬਲ ਹੋਵੇ ਜਿਹਦੀ ਵੈਲਿਊ ਹੋਵੇ ਨਹੀਂ ਤਾਂ ਫਿਰ ਕਿਸੇ ਨੇ ਇਹ ਚੀਜ਼ ਲੈਣੇ ਦੀ ਇੱਥੇ ਆਪਾਂ ਕਹਿ ਸਕਦੇ ਆ ਕਿ ਥੋੜਾ ਬਹੁਤ ਤੁਹਾਡੇ ਵੱਲੋਂ ਕ੍ਰੀਏਟੀਵਿਟੀ ਚਾਹੀਦੀ ਆ ਚੌਥਾ ਤਰੀਕਾ ਜੋ ਹੈਗਾ ਆਨਲਾਈਨ ਪੈਸੇ ਕਮਾਉਣ ਦਾ ਉਹ ਹੈਗਾ ਲੋ ਕੰਟੈਂਟ ਬੁਕਸ ਹੁਣ ਇਹ ਜੋ ਤਰੀਕਾ ਇਹਦੇ ਉੱਤੇ ਮੈਂ ਲਿਟਰਲੀ ਸਟੈਪ ਬਾਈ ਸਟੈਪ ਵੀਡੀਓ ਬਣਾਈ ਹੋਈ ਆ ਇੱਥੇ ਜਿਹੜੀ ਸਕਰੀਨ ਤੇ ਪਾਪ ਅਪ ਹੋਊਗੀ ਸੋ ਬੇਸਿਕਲੀ ਇਹ ਵੀਡੀਓ ਆ ਜੇ ਤੁਸੀਂ ਇਹ ਵੀਡੀਓ ਜਾ ਕੇ ਦੇਖਣੀ ਹੈ ਇਹ ਵੀ ਜਾ ਕੇ ਦੇਖ ਸਕਦੇ ਹੋ ਸੋ ਬੇਸਿਕਲੀ ਇੱਥੇ ਮੈਂ ਐਕਸਪਲੇਨ ਕਰਦਾ ਕਿ ਲੋ ਕੰਟੈਂਟ ਬਾਕਸ ਕਿਵੇਂ ਬਣਾਉਣੀਆਂ ਨੇ ਤੇ ਫਿਰ Amazon ਤੇ ਜਾ ਕੇ ਕਿਵੇਂ ਸੈਲ ਕਰਨੀਆਂ ਨੇ ਸਾਰਾ ਪ੍ਰੋਸੈਸ ਮੈਂ ਦਿਖਾਇਆ ਹੋਇਆ ਹੁਣ ਬੇਸਿਕਲੀ ਲੋ ਕੰਟੈਂਟ ਬਾਕਸ ਕਿਹੜੀ ਬਾਕਸ ਹੁੰਦੀਆਂ ਨੇ ਲੋ ਕੰਟੈਂਟ ਬਾਕਸ ਮੋਸਟਲੀ ਮਤਲਬ ਖਾਲੀ ਕਿਤਾਬਾਂ ਹੁੰਦੀਆਂ ਨੇ ਜਾਂ ਕੋਈ ਜਰਨਲ ਹੁੰਦਾ ਜਾਂ ਕੋਈ ਡਾਇਰੀ ਹੁੰਦੀ ਆ ਹਨਾ ਸੋ ਬੇਸਿਕਲੀ ਉਹ ਅੰਦਰੋਂ ਤਾਂ ਖਾਲੀ ਹੁੰਦੀਆਂ ਨੇ ਕੋਈ ਕੰਟੈਂਟ ਨਹੀਂ ਹੁੰਦਾ ਉਹ ਬੇਸਿਕਲੀ ਲੋ ਕੰਟੈਂਟ ਉਹਦਾ ਪਰਪਸ ਹੀ ਇਹ ਹੁੰਦਾ ਵੀ ਲੋਕ ਖਰੀਦਣ ਤੇ ਉਹਨਾਂ ਨੂੰ ਫਿਲ ਆਊਟ ਕਰਨਾ ਫੋਰ ਏਗਜ਼ਾਮਪਲ ਕੋਈ ਪਰਸਨਲ ਡਾਇਰੀ ਹੋ ਸਕਦੀ ਆ ਹਨਾ ਜੇ ਕਿਸੇ ਕੋਈ ਪਰਸਨਲ ਡਾਇਰੀ ਆ ਤੁਸੀਂ ਉੱਥੇ ਲਿਖਦੇ ਰਹਿੰਦੇ ਹੋ ਨਾ ਇਹ ਏਗਜ਼ਾਮਪਲ ਆ ਕਿੱਦਾਂ ਤੁਸੀਂ ਇਦਾਂ ਦੀ ਡਾਇਰੀ ਕ੍ਰੀਏਟ ਕਰ ਸਕਦੇ ਹੋ ਲੀਟਰਲੀ ਬਸ ਇੱਕ ਲੈਪਟਾਪ ਚਾਹੀਦਾ ਤੇ ਸਾਰਾ 10-15 ਮਿੰਟਾਂ ਦਾ ਕੰਮ ਆ ਬਾਕੀ ਮੈਂ ਵੀਡੀਓ ਵੀ ਪਾਈ ਹੋਈ ਆ ਤੁਸੀਂ ਇੱਥੇ ਵੀ ਜਾ ਕੇ ਦੇਖ ਸਕਦੇ ਹੋ ਸੋ ਇਹ ਹੈਗਾ ਲੋ ਕੰਟੈਂਟ ਬਾਕਸ ਬਣਾ ਕੇ Amazon ਤੇ ਸੈਲ ਕਰਨੀਆਂ ਤੇ ਲਿਟਰਲੀ ਤੁਸੀਂ 0 ਡਾਲਰ ਨਾਲ ਸ਼ੁਰੂਆਤ ਕਰ ਸਕਦੇ ਹੋ ਕੋਈ ਇਨਵੈਸਟਮੈਂਟ ਨਹੀਂ ਚਾਹੀਦੀ ਤੇ ਫ੍ਰੀ ਆ بس ਤੁਹਾਡਾ ਟਾਈਮ ਚਾਹੀਦਾ ਟਾਈਮ ਵੀ ਨਹੀਂ ਇੰਨਾ ਜ਼ਿਆਦਾ ਚਾਹੀਦਾ ਪੰਜਵਾਂ ਤਰੀਕਾ ਜੋ ਆਨਲਾਈਨ ਪੈਸੇ ਕਮਾਉਣ ਵਾਲਾ ਹੈਗਾ ਉਹ ਹੈਗਾ ਵੀ ਤੁਸੀਂ ਥੰਬਨੇਲਸ ਕ੍ਰੀਏਟ ਕਰੋਗੇ ਜਾਂ ਤੁਸੀਂ ਵੀਡੀਓ ਐਡੀਟਿੰਗ ਵਾਲਾ ਸਰਵਿਸ ਆਫਰ ਕਰੋਗੇ ਹੁਣ ਜੇ ਆਪਾਂ ਦੇਖੀਏ ਆਪਣੇ ਇੰਡੀਆ ਚ ਹੀ ਦੇਖ ਲਓ ਕਿੰਨੇ ਸਾਰੇ ਯੂਟਿਊਬਰ ਨੇ ਤੇ ਹਰ ਰੋਜ਼ ਕਿੰਨੇ ਨਵੇਂ ਲੋਕ YouTube ਤੇ ਆਉਂਦੇ ਨੇ ਆਪਦਾ ਚੈਨਲ ਬਣਾਉਂਦੇ ਨੇ ਤੇ ਵੀਡੀਓਜ਼ ਪਾਉਂਦੇ ਨੇ ਹੁਣ ਮੈਂ ਤੁਹਾਨੂੰ ਕਹਿਣਾ 50% ਤੋਂ ਜ਼ਿਆਦਾ ਜੋ ਯੂਟਿਊਬਰਸ ਨੇ ਉਹ ਥੰਬਨੇਲ ਜਾਂ ਵੀਡੀਓ ਐਡਿਟ ਆਪ ਨਹੀਂ ਕਰਦੇ ਇਸੇ ਤੋਂ ਕਰਵਾਉਂਦੇ ਨੇ ਉਹ ਜੇ ਤੁਹਾਨੂੰ ਪਤਾ ਕਿ ਮੈਂ ਵਧੀਆ ਵੀਡੀਓ ਐਡਿਟ ਕਰਨੀ ਆ ਕਿ ਮੈਂ ਇਹ ਇੱਕ ਥੰਬਨੇਲ ਬਣਾਉਣਾ ਤਾਂ ਤੁਸੀਂ ਡੈਫੀਨਿਟਲੀ ਇਹ ਸਰਵਿਸ ਆਫਰ ਕਰ ਸਕਦੇ ਹੋ ਜੇ ਤੁਸੀਂ ਫਾਈਬਰ ਆਰ ਕੀ ਵੈਬਸਾਈਟ ਤੇ ਜਾਓਗੇ ਤੇ ਉੱਥੇ YouTube ਥੰਬਨੇਲ ਸਰਚ ਕਰੋਗੇ ਕਿੰਨੇ ਸਾਰੇ ਲੋਕ ਉੱਥੇ ਆ ਜਾਣਗੇ ਜੋ ਇਹ ਸਰਵਿਸ ਆਪਦੀ ਆਫਰ ਕਰਦੇ ਨੇ ਜਾਂ ਜੇ ਕੋਈ ਤੁਸੀਂ ਵੀਡੀਓ ਐਡੀਟਰ ਲਿਖ ਦੋ ਹਣਾ ਕਿੰਨੇ ਸਾਰੇ ਲੋਕ ਨਿਕਲ ਆਉਂਦੇ ਨੇ ਜੋ ਵੀਡੀਓ ਐਡੀਟਿੰਗ ਵਾਲੀ ਸਰਵਿਸ ਆਫਰ ਕਰਦੇ ਨੇ ਹੁਣ ਲਾ ਲਓ ਤੁਹਾਨੂੰ ਇਹ ਚੀਜ਼ ਬਾਰੇ ਕੋਈ ਆਈਡੀਆ ਨਹੀਂ ਹੈਗਾ ਤੁਹਾਨੂੰ ਪਤਾ ਵੀ ਨਹੀਂਗਾ ਵੀ ਯਾਰ YouTube ਦਾ ਥੰਬਨੇਲ ਕਿਵੇਂ ਬਣਾਈਦਾ ਕਿਵੇਂ ਸਾਰਾ ਐਡਿਟ ਕਰੀਦਾ ਮੈਂ ਤੁਹਾਨੂੰ ਕਹਿੰਨਾ ਆ ਐਪ ਡਾਊਨਲੋਡ ਕਰੋ ਕੈਨਵਾ ਐਪ ਆ ਫ੍ਰੀ ਆ ਤੇ ਇੱਥੇ ਤੁਸੀਂ ਆਪਦੇ ਥੰਬਨੇਲ ਬਣਾ ਸਕਦੇ ਹੋ ਐਕਸਪੈਰੀਮੈਂਟ ਕਰਨਾ ਸ਼ੁਰੂ ਕਰੋ ਤੇ ਇਦਾਂ ਹੀ ਸਿੱਖੋਗੇ ਜੇ ਆਪ ਥੋੜਾ ਬਹੁਤ ਸ਼ੁਰੂ ਕਰੋਗੇ ਫ੍ਰੀ ਐਪ ਆ ਇੱਕ ਵਾਰ ਤੁਹਾਨੂੰ ਆਪਦੇ ਆਪ ਚ ਕੰਫੀਡੈਂਸ ਹੋਣ ਲੱਗ ਗਿਆ ਹਾਂ ਵੀ ਮੈਂ ਵਧੀਆ ਕ੍ਰੀਏਟ ਕਰਨ ਲੱਗ ਗਿਆ ਚੀਜ਼ ਫਿਰ ਫਾਈਬਰ ਤੇ ਜਾ ਕੇ ਤੁਸੀਂ ਵੀ ਆਪਦੀ ਸਰਵਿਸ ਆਫਰ ਕਰ ਸਕਦੇ ਹੋ ਮੈਂ ਕਹਿੰਨਾ ਤੁਹਾਨੂੰ ਹੀ ਲਾਦਾ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਆ ਜਿਨ੍ਹਾਂ ਨੂੰ ਐਕਚੁਅਲ ਵਿੱਚ ਬੰਦਿਆਂ ਦੀ ਲੋੜ ਆ ਜੋ ਉਹਨਾਂ ਲਈ ਕੰਟੈਂਟ ਐਡਿਟ ਕਰਨ ਥੰਬਨੇਲ ਬਣਾਉਣ ਸੋ ਇਹ ਹੋ ਗਿਆ ਇੱਕ ਤਰੀਕਾ ਹੁਣ ਆਪਣਾ ਜੋ ਆਖਰੀ ਤਰੀਕਾ ਆਨਲਾਈਨ ਪੈਸੇ ਕਮਾਉਣ ਦਾ ਉਹ ਹੈਗਾ ਸੋਸ਼ਲ ਮੀਡੀਆ ਮੈਨੇਜਰ ਹੁਣ ਇਹ ਚੀਜ਼ ਧਿਆਨ ਨਾਲ ਸੁਣਿਓ ਹਨਾ ਇੱਥੇ ਥੋੜਾਪਾ ਤੁਹਾਡੇ ਵੱਲੋਂ ਐਫਰਟ ਤਾਂ ਚਾਹੀਦੀ ਆ ਪਰ ਕਮਾਈ ਵੀ ਉੰਨੀ ਆ ਹਨਾ ਜਿੰਨਾ ਤੁਹਾਡਾ ਕੰਮ ਆ ਔਰ ਸਾਬ ਨਾਲ ਤੁਸੀਂ ਕਮਾਓਗੇ ਇਹ ਚੀਜ਼ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਮੇਰੇ ਵੀ ਇਹ ਚੀਜ਼ ਕੀਤੀ ਹੋਈ ਆ ਸੋਸ਼ਲ ਮੀਡੀਆ ਮੈਨੇਜਰ ਬੇਸਿਕਲੀ ਕੀ ਚੀਜ਼ ਆ ਹੁਣ ਗੱਲ ਆਏ ਆ ਵੀ ਬੇਸਿਕਲੀ ਜੋ ਬਿਜ਼ਨੈਸਸ ਨੇ ਜਾਂ ਕੋਈ ਵੀ ਕੰਪਨੀ ਹੋ ਸਕਦੀ ਹੈ ਜਾਂ ਕੋਈ ਵੀ ਰੈਂਡਮ ਸਟੋਰ ਹੋ ਸਕਦਾ ਜਾ ਕੋਈ ਵੀ ਰੈਸਟੋਰੈਂਟ ਹੋ ਸਕਦਾ ਉਹਨਾਂ ਦੇ ਆਪਾਂ ਸੋਸ਼ਲ ਮੀਡੀਆ ਤੇ ਪੇਜ ਰਨ ਕਰਨੇ ਨੇ ਜੇ ਉਹਨਾਂ ਦੇ ਪੇਜ ਹੈ ਨਹੀਂ ਉਹ ਪੇਜ ਪਹਿਲਾਂ ਕ੍ਰੀਏਟ ਕਰਨੇ ਨੇ ਤੇ ਉਹ ਪੇਜ ਤੇ ਪੋਸਟ ਕਰਨਾ ਕੰਟੈਂਟ ਤੇ ਉਹ ਸਾਰਾ ਤੁਹਾਡਾ ਕੰਮ ਆ ਹੁਣ ਮੈਂ ਕਿੱਦਾਂ ਕਰਦਾ ਸੀ ਮੈਂ ਜਿੱਥੇ ਮੈਂ ਰਹਿਣਾ ਮੈਂ ਆਪਣੇ ਲੋਕਲ ਬਿਜ਼ਨੈਸਸ ਦੇਖੇ ਲੋਕਲ ਰੈਸਟੋਰੈਂਟ ਦੇਖੇ ਲੋਕਲ ਸ਼ਾਪਸ ਦੇਖੇ ਸਟੋਰਸ ਦੇਖੇ ਤੇ ਮੈਂ ਉਹਨਾਂ ਨੂੰ ਜਾ ਕੇ ਰੀਚ ਆਊਟ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਹੁਣ ਜ਼ਰੂਰੀ ਨਹੀਂਗਾ ਵੀ ਹਰੇਕ ਬੰਦਾ ਤੁਹਾਨੂੰ ਹਾਂ ਕਹੂਗਾ ਪਰ ਓਬਵੀਅਸਲੀ ਤੁਹਾਨੂੰ ਟਰਾਈ ਕਰਨਾ ਪੈਣਾ ਉਹਨਾਂ ਨੂੰ ਜਾ ਕੇ ਰੀਚ ਆਊਟ ਕਰੋਗੇ ਤੇ ਗੱਲਬਾਤ ਕਰੋ ਤੇ ਪ੍ਰਾਈਸਿੰਗ ਹੁਣ ਤੁਸੀਂ ਆਪਦੇ ਹਿਸਾਬ ਨਾਲ ਹਨਾ ਤੁਹਾਡੇ ਤੇ ਆ ਤੁਸੀਂ ਆਪਦੀ ਸਰਵਿਸ ਲਈ ਕਿੰਨਾ ਪ੍ਰਾਈਸ ਰੱਖਣਾ ਚਾਹੁੰਦੇ ਹੋ ਤੇ ਬੇਸਿਕਲੀ ਉਹਨਾਂ ਨਾਲ ਇਹ ਗੱਲਬਾਤ ਕਰਨੀ ਆ ਖਾਸ ਕਰਕੇ ਜੇ ਉਹਨਾਂ ਦਾ ਸੋਸ਼ਲ ਮੀਡੀਆ ਤੇ ਕੋਈ ਪ੍ਰੈਜ਼ੈਂਸ ਨਹੀਂ ਫੋਰ ਐਗਜ਼ਾਮਪਲ ਇੱਕ ਪੰਜਾਬੀ ਰੈਸਟੋਰੈਂਟ ਆ ਉਹ ਪੰਜਾਬੀ ਰੈਸਟੋਰੈਂਟ ਵਧੀਆ ਚੱਲਦਾ ਪਰ ਉਹ ਉਹ ਪੰਜਾਬੀ ਰੈਸਟੋਰੈਂਟ ਆ ਉਹ ਆਪਦੇ ਸ਼ਹਿਰ ਵਿੱਚ ਵਧੀਆ ਚੱਲਦਾ ਪਰ ਉਹ ਸ਼ਹਿਰ ਤੋਂ ਬਾਅਦ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਉਹ ਰੈਸਟੋਰੈਂਟ ਬਾਰੇ ਸੋ ਬੇਸਿਕਲੀ ਤੁਸੀਂ ਉਹਨਾਂ ਨਾਲ ਗੱਲ ਕਰਨੀ ਆ ਤੇ ਇਹ ਡੀਲ ਕਰਨੀ ਆ ਵੀ ਆਪਾਂ ਉਹਨਾਂ ਦਾ ਸੋਸ਼ਲ ਮੀਡੀਆ ਦਾ 프레ਜ਼ੈਂਸ ਬਣਾਵਾਂਗੇ ਸੋ ਬੇਸਿਕਲੀ ਟਿਕਟੌਕ ਇੰਸਟਾਗ੍ਰਾਮ ਆ ਜਿੰਨੇ ਵੀ ਪਲੇਟਫਾਰਮ ਨੇ ਇੱਥੇ ਆਪਾਂ ਉਹਨਾਂ ਦੀਆਂ ਆਈਡਿਜ਼ ਕ੍ਰੀਏਟ ਕਰਨੀਆਂ ਨੇ ਤੇ ਉੱਥੇ ਕੰਟੈਂਟ ਪਾਉਣਾ ਜੋ ਕਿ ਉਹ ਰੈਸਟੋਰੈਂਟ ਨਾਲ ਰਿਲੇਟਡ ਹੋਊਗਾ ਇੱਥੇ ਬੇਸਿਕਲੀ ਥੋੜਾ ਥੋੜਾ ਜਿਹਾ ਕੰਮ ਜ਼ਿਆਦਾ ਆ ਕਿਉਂਕਿ ਤੁਸੀਂ ਉਹਨਾਂ ਲਈ ਕੰਟੈਂਟ ਬਣਾਉਣਾ ਤੇ ਤੁਸੀਂ ਉਹ ਵੀ ਐਡਿਟ ਕਰਨਾ ਪਰ ਆਬਵੀਅਸਲੀ ਜਿੰਨਾ ਕੰਮ ਆ ਉਸ ਹਿਸਾਬ ਨਾਲ ਤੁਸੀਂ ਚਾਰਜ ਵੀ ਉਹਨਾਂ ਹੀ ਕਰੋਗੇ ਸੋ ਪੂਰਾ ਬੈਲੈਂਸ ਬਣਿਆ ਰਹਿੰਦਾ ਸੋ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਇਦਾਂ ਦੇ ਵੀਡੀਓਜ਼ ਹੋਰ ਚਾਹੀਦੀਆਂ ਨੇ ਤਾਂ ਜ਼ਰੂਰ ਮੈਨੂੰ ਕਮੈਂਟਸ ਵਿੱਚ ਲਿਖ ਕੇ ਦੱਸਿਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ